ਮੀਂਦ ਹੋਣ ਨਾਲ ਦੇਸ਼ ਭਰ ਤੋਂ ਖਾੜ ਅਤੇ ਪਾਣੀ ਭਰਨ ਦੀਆਂ ਖਬਰਾਂ ਆ ਰਹੀਆਂ ਨੇ ਪਰ ਦੂਜੇ ਪਾਸੇ ਪ੍ਰਸਿੱਧ ਇੰਟਰਨੈਸ਼ਨਲ ਰੈਪਡ ਡ੍ਰੈਕ ਨੂੰ ਵੀ ਮੀਂਹ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡੀਅਨ ਗਾਇਕ ਰੈਪਰ ਡ੍ਰੈਕ ਦੁਨੀਆ ਪਰ ਵਿੱਚ ਸਭ ਤੋਂ ਪ੍ਰਸਿੱਧ ਹਸਤੀਆਂ ਵਿੱਚੋਂ ਇੱਕ ਹੈ ਹੁਣ ਉਹਨਾਂ ਨੇ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਸ਼ਾਨਦਾਰ ਕਾਰ ਮੀਂਹ ਦੇ ਪਾਣੀ ਨਾਲ ਭਰ ਗਿਆ ਡ੍ਰੈਕ ਦਾ ਇਹ ਆਲੀਸ਼ਾਨ ਕਾਰ ਟੋਰਾਂਟੋ ਦੇ ਕੈਨੇਡਾ ਵਿੱਚ ਹੈ ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਇਹ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਕਾਰ ਮੀਂਹ ਦਾ ਪਾਣੀ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਵੀਡੀਓ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਘਰੋਂ ਪਾਣੀ ਕੱਢਣ ਦੀ ਕੋਸ਼ਿਸ਼ ਵੀ ਕਰ ਰਿਹਾ ਪਰ ਅਸਫਲ ਰਿਹਾ ਹੈ ਹਾਲਾਂਕਿ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਡ੍ਰੇਕ ਨੇ ਮਜ਼ਾਕ ਵਿੱਚ ਲਿਖਿਆ ਕਿ ਇਹ ਐਸਪ੍ਰੈਸੋ ਮਾਰਟੀਨੀ ਹੋਣੀ ਚਾਹੀਦੀ ਹੈ ਡ੍ਰੇਕ ਨੇ ਇਹ ਮੈਂਸ਼ਨ 2018 ਵਿੱਚ ਖਰੀਦੀ ਸੀ ਅਤੇ ਇਹ ਉਸ ਖੇਤਰ ਵਿੱਚ ਹੈ ਜਿਸ ਨੂੰ मिलिनियर रो यानी करोड़पति लेन ਕਿਹਾ ਜਾਂਦਾ ਹੈ ਉਸ ਨੇ ਇਸ ਦੀ ਪੂਰੀ ਤਰ੍ਹਾਂ ਮੁਰੰਮਤ ਕਰਵਾਈ ਅਤੇ ਮੋਡ ਡਿਜ਼ਾਈਨ ਕੀਤਾ ਇਸ ਦਾ ਨਾਂ ਉਸ ਨੇ ਐਮਬੈਸੀ ਰੱਖਿਆ ਰਿਪੋਰਟਰਾਂ ਨੇ ਦੱਸਿਆ ਕਿ ਟ੍ਰੇਕ ਤੇ ਇਸ ਸ਼ਾਨਦਾਰ ਘਰ ਦੀ ਕੀਮਤ 100 ਮਿਲੀਅਨ ਡਾਲਰ ਤੋਂ ਵੱਧ ਹੈ ਟ੍ਰਾਂਟੋ ਵਿੱਚ ਤਿੰਨ ਤੂਫਾਨਾਂ ਤੋਂ ਬਾਅਦ ਰਿਕਾਰਡ بارش ਹੋਈ ਹੈ ਅਤੇ ਸ਼ਹਿਰ ਵਿੱਚ ਬਿਜਲੀ ਸਪਲਾਈ ਦੀ ਘਟ ਕਰ ਦਿੱਤਾ ਗਿਆ ਬਾਰਿਸ਼ ਕਾਰਨ ਲੋਕਾਂ ਦੇ ਪਰੇਸ਼ਾਨ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਰਿਪੋਰਟਾਂ ਦੱਸਦੀਆਂ ਨੇ ਕਿ ਟ੍ਰਾਂਟੋ ਵਿੱਚ ਸਿਰਫ 4 ਘੰਟੇ ਦੇ ਸਮੇਂ ਵਿੱਚ ਪੂਰੇ ਜੁਲਾਈ ਮਹੀਨੇ ਵਿੱਚ ਹੋਈ ਬਾਰਿਸ਼ ਨਾਲੋਂ ਜ਼ਿਆਦਾ ਮੀਂਹ ਪਿਆ ਇਸ ਤੇਜ਼ ਬਾਰਿਸ਼ ਕਾਰਨ ਹਾਈਵੇ ਅਤੇ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਹਜ਼ਾਰਾਂ ਲੋਕ ਵੱਖ-ਵੱਖ ਥਾਵਾਂ ਤੇ ਫਸੇ ਹੋਏ ਨੇ ਟ੍ਰਾਂਟੋ ਸਟਾਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਟ੍ਰਾਂਟੋ ਕੈਨੇਡਾ ਵਿੱਚ ਮੰਗਲਵਾਰ ਨੂੰ 9:38 ਤੋਂ ਬਾਅਦ ਸਭ ਤੋਂ ਜ਼ਿਆਦਾ ਮੀਂਹ ਪਿਆ ਅਤੇ ਉੱਥੇ ਹੋਰ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ 16 ਜੁਲਾਈ ਨੂੰ ਅਧਿਕਾਰਤ ਤੌਰ ਤੇ ਟੋਰਾਂਟੋ ਦੇ ਇਤਿਹਾਸ ਵਿੱਚ ਪੰਜਵਾਂ ਸਭ ਤੋਂ ਵੱਡਾ ਮੀਂਹ ਪਿਆ ਹੈ ਟੋਰਾਂਟੋ ਦੇ ਨਾਲ-ਨਾਲ ਕਈ ਹੋਰ ਇਲਾਕਿਆਂ ਦਾ ਮੀਂਹ ਵੀ ਮੀਂਹ ਦੇ ਕਾਰਨ ਬੁਰਾ ਹਾਲ ਹੋ ਗਿਆ ਹੈ ਪੁਲਿਸ ਨੇ ਕਈ ਇਲਾਕਿਆਂ 'ਚ ਹੜ੍ਹ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੇਤਾਵਨੀ ਵੀ ਜਾਰੀ ਕੀਤੀ ਹੈ ਇਸ ਕਰਕੇ ਜੇਕਰ ਤੁਸੀਂ ਸੁਰੱਖਿਅਤ ਥਾਂ 'ਤੇ ਹੋ ਤਾਂ ਘਰੋਂ ਸੋਚ ਸਮਝ ਕੇ ਹੀ ਬਾਹਰ ਆਓ ਅਤੇ ਜੇਕਰ ਤੁਸੀਂ ਕਿਸੇ ਐਸੇ ਥਾਂ ਤੇ ਹੋ ਜਿੱਥੇ ਹੜ੍ਹ ਆਉਣ ਦੀ ਸੰਭਾਵਨਾ ਹੈ ਤਾਂ ਉਹ ਇਲਾਕਾ ਜਲਦੀ ਤੋਂ ਜਲਦੀ